ਉਦੋਂ ਬਾਹਰ ਕਾਨਫਰੰਸਸ ਹੁੰਦੀਆਂ ਨੇ ਉਹਨਾਂ ਦਾ ਸਾਰਥਕਤਾ ਤਾਂ ਹੀ ਆ ਜੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਅਸੀਂ ਵਿੱਚ ਸ਼ਾਮਿਲ ਕਰੀਏ ਕਿ ਅਸੀਂ ਜੇ ਇੱਕ ਜਾਂ ਦੋ ਨੂੰ ਸ਼ਾਮਿਲ ਕਰਕੇ ਅੰਤਰਰਾਸ਼ਟਰੀ ਦਾ ਨਾਂ ਦੇ ਦਿੰਦੇ ਹਾਂ ਤੇ ਉਹ ਵੀ ਇੱਕ ਤਰ੍ਹਾਂ ਨਾਲ ਜਿਹੜੀ ਆ ਪ੍ਰੋਗਰਾਮ ਦਾ ਪ੍ਰੋਟੋਕੋਲ ਜਿਹੜਾ ਉਹ ਇੱਦਾਂ ਨਹੀਂ ਹੋਣਾ ਚਾਹੀਦਾ। ਅਸੀਂ ਇਸ ਗੱਲ ਤੇ ਚਰਚਾ ਕਰ ਰਹੇ ਸੀ ਤੇ ਅਸੀਂ ਤੁਸੀਂ ਇਸ ਬਾਰੇ ਦੱਸ ਰਹੇ ਸੀ ਸਾਨੂੰ ਕੁਝ ਸਾਡੇ ਕੋਲ ਸਾਰੀਆਂ ਜਿੰਨੀਆਂ ਵੀ ਅਸੀਂ ਆਪਣੀਆਂ ਕਾਨਫਰੰਸਾਂ ਕਰਾਈਆਂ ਉਹਨਾਂ ਦਾ ਸਾਰੀਆਂ ਪ੍ਰੋਸੀਡਿੰਗ ਸਾਡੇ ਕੋਲ ਹੈਗੀਆਂ। ਇਹ ਆਮ ਕਰਕੇ ਯੂਨੀਵਰਸਿਟੀ ਵਾਲਿਆਂ ਕੋਲ ਹੁੰਦੀਆਂ ਹੈਗੀਆਂ ਪਰ ਯੂਨੀਵਰਸਿਟੀਆਂ ਦਾ ਜਿਹੜਾ ਹੁੰਦਾ ਨਾ ਜੀ ਉਹ ਕਾਫੀ ਹੈਵੀ ਹੁੰਦਾ ਹੈਗਾ, ਉਹ ਸਕੋਰਨਾ ਹੁੰਦਾ ਪੜ੍ਹਿਆ ਲਿਖਿਆ ਲਈ ਹੁੰਦਾ ਹੈਗਾ ਤੇ ਸਾਡੀਆਂ ਕਾਨਫਰੰਸਾਂ ਦੇ ਵਿੱਚ ਜਿੰਨਾ ਵੀ ਮੈਟਰ ਹੁੰਦਾ ਇਹ ਆਮ ਬੰਦਿਆਂ ਲਈ ਹੁੰਦਾ। ਇਹ ਜਿਹੜੀ ਮੈਂ ਨਹੀਂ ਕਹਿੰਦਾ, ਇਹ ਡਾਕਟਰ ਗੁਰਸੇਵਕ ਲੰਬੀ ਜੀ ਕਹਿੰਦੇ ਸੀਗੇ ਵੀ ਸਾਡੀਆਂ ਜਿਹੜੀਆਂ ਅਸੀਂ ਯੂਨੀਵਰਸਿਟੀ ਕਾਨਫਰੰਸਾਂ ਕਰਾਉਂਦੇ ਹੈਗੇ ਆ ਉਹ ਸਾਡੇ MA ਦੇ ਵਿਦਿਆਰਥੀਆਂ ਲਈ ਆ, MPhil ਵਾਲਿਆਂ ਲਈ ਆ, PhD ਵਾਲਿਆਂ ਲਈ ਹੈਗੀ ਆ, ਆਮ ਬੰਦਿਆਂ ਦੇ ਸਮਝ ਆਉਣ ਵਾਲੀ ਹੁੰਦੀਆਂ। ਤੇ ਜਿਹੜੀਆਂ ਕਾਨਫਰੰਸਾਂ ਕੈਨੇਡਾ ਦੇ ਵਿੱਚ ਹੁੰਦੀਆਂ ਹੈਗੀਆਂ ਵਾ ਇਹ ਪ੍ਰੈਕਟੀਕਲ, ਉਹਦਾ ਨਾਂ ਉਹਨਾਂ ਦਿੱਤਾ ਪ੍ਰੈਕਟੀਕਲ ਹੀ ਰਹੇਗਾ ਤੇ ਆਮ ਲੋਕਾਂ ਦੇ ਕੰਮ ਆਉਣ ਵਾਲੀਆਂ ਗੱਲਾਂ ਹੁੰਦੀਆਂ ਵੀ ਜਿਹੜਾ ਪੰਜਾਬੀਆਂ ਦੀਆਂ ਮੁਸ਼ਕਲਾਂ ਤੇ ਉਹਨਾਂ ਦੇ ਹੱਲ। ਨੈਤਿਕਤਾ ਦੀ ਗੱਲ ਜੇ ਸ਼ੁਰੂ ਕੀਤੀ ਇਹ ਸਾਨੂੰ ਸਤੀਸ਼ ਵਰਮਾ ਜੀ ਨੇ ਤੁਹਾਡਾ 3-4 ਵਾਰੀ ਨਾਂ ਇਸ ਕਰਕੇ ਲੈ ਹਟਿਆ ਹੈਗਾ ਵਾ ਕਿ ਉਹ ਸਾਨੂੰ ਗਾਈਡ ਕਰਦੇ ਰਹਿੰਦੇ ਹੈਗੇ ਆ। ਉਹਨਾਂ ਨੇ ਮੈਨੂੰ ਸ਼ੁਰੂ ਕੀਤਾ ਸੀਗਾ ਵੀ ਅੱਜ ਤੱਕ ਕਦੇ ਵੀ ਨੈਤਿਕਤਾ ਸਕੂਲਾਂ 'ਚ ਪੜ੍ਹਾਉਣ ਵਾਲੀ ਕਿਤਾਬ ਨਹੀਂ ਪੜ੍ਹੀ। ਉਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਟੀਚਰਾਂ ਨੇ ਸਾਡੀ ਨਵਰੂਪ ਉਹਨਾਂ ਜੋ ਕਿਤਾਬ ਲਿਖੀ ਸਾਡੀ 100-150 ਪੇਜ ਦੀ ਸੀਗੀ ਤੇ ਉਹ ਕਹਿੰਦੇ ਵੀ ਇਹ ਸਕੂਲਾਂ 'ਚ ਪੜ੍ਹਾਉਣ ਵਾਲੀ ਇਸ ਕਰਕੇ ਨਹੀਂ, ਇਹਦੇ ਪਿੱਛੇ ਕੁਐਸਚਨ ਹੈ ਨਹੀਂ ਗੇ। ਮੈਂ ਕਿਹਾ ਵੀ ਨੁਕਸ ਤਾਂ ਹੋਰਾਂ ਨੇ ਬੜੇ ਕੱਢਿਆ, ਤੂੰ ਵੀ ਬੀਬਾ ਨੁਕਸ ਕੱਢ ਲਾ। ਉਹ ਕਹਿੰਦੀ ਮੈਂ ਇਕੱਲੇ ਨੁਕਸ ਨਹੀਂ ਕੱਢੂੰਗੀ, ਮੈਂ ਤੁਹਾਨੂੰ ਇਹਦਾ ਹੱਲ ਵੀ ਦੱਸੂਗੀ। ਉਸ ਨੇ ਕੁੜੀ ਨੇ 62 ਪੇਜਸ ਐਡ ਕਰਕੇ ਉਹਦੇ ਨਾਲ ਕੁਐਸਚਨ ਬਣਾ ਕੇ ਤੁਹਾਨੂੰ ਵਧੀਆ ਕਿਤਾਬ ਦਾ ਕਿਤਾਬ ਜਿਹੜੀ ਪੜ੍ਹਾਉਣ ਯੋਗ ਬਣਾਈ। ਕਾਫੀ ਕੁਛ ਅਸੀਂ ਚੇਂਜ ਕਰਦੇ ਰਹੇ ਹੈਗੇ ਆ ਜੀ। ਇਹ ਇਸੇ ਤਰੀਕੇ ਨਾਲ ਹੀ ਸਾਡੇ ਬਹੁਤ ਲੋਕਾਂ ਨੇ ਮਦਦ ਕੀਤੀ। ਮਤਲਬ ਤੁਹਾਡੇ ਕਹਿਣ ਗੱਲਬਾਤ ਤੋਂ ਇਹ ਮੈਂ ਕਹਿ ਸਕਦੀ ਹਾਂ ਵੀ ਕਾਨਫਰੰਸ ਕਰਨਾ ਹੀ ਤੁਹਾਡਾ ਮੰਤਵ ਨਹੀਂ ਹੈ, ਕਿ ਕਹਿੰਦੇ ਕਿ ਮਸਲਾ ਉਠਾਉਣਾ ਹੀ ਤੁਹਾਡਾ ਮਤਲਬ ਨਹੀਂ, ਉਹਦਾ ਹੱਲ ਕਰਨਾ ਵੀ ਤੁਹਾਡਾ ਮੰਤਵ ਆ। ਮੈਂ ਤੁਹਾਡੀ ਗੱਲਬਾਤ ਤੋਂ ਲੱਗ ਰਿਹਾ ਕਿ ਤੁਸੀਂ ਮਤਾ ਜਿਹੜਾ ਪਾਸ ਕਰਦੇ ਹੋ ਫਿਰ ਉਹਦੇ ਉੱਪਰ ਫੌਰੀ ਤੌਰ ਤੇ ਜਿਹੜੀ ਕੋਈ ਵੀ ਕਾਰਵਾਈ ਸਰਕਾਰੀ ਤੌਰ ਤੇ ਹੋਣੀ ਆ ਜਾਂ ਤੁਹਾਡੇ ਆਪਣੇ ਵੱਲੋਂ ਹੋਣੀ ਆ ਉਹ ਤੁਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਨੈਤਿਕਤਾ ਦੇ ਬਾਰੇ ਨਾ ਜੀ ਕੁਲਜੀਤ ਜੀ, ਮੈਨੂੰ ਆਮ ਕਰਕੇ ਜਿਨ੍ਹਾਂ ਦੇ ਸਕੂਲਾਂ ਦੇ ਵਿੱਚ ਟੈਸਟ ਹੋਏ ਹੈਗੇ ਆ ਉਹਨਾਂ ਦੇ ਸਕੂਲਾਂ ਦੇ ਪ੍ਰਿੰਸੀਪਲ ਨੇ ਵੀ, ਉਹਨਾਂ ਦੇ ਮਾਪਿਆਂ ਨੇ ਵੀ ਦੱਸਿਆ ਉਹ ਨੈਤਿਕਤਾ ਦੀ ਕਿਤਾਬ ਪੜ੍ਹਨ ਤੋਂ ਬਾਅਦ ਬੱਚਿਆਂ ਦੇ ਮਾਹੌਲ ਵਿੱਚ ਫਰਕ ਪਿਆ, ਉਹਨਾਂ ਦੇ ਘਰ ਦੇ ਮਾਹੌਲ 'ਚ ਫਰਕ ਪਿਆ, ਉਹਨਾਂ ਦੇ ਸਕੂਲ ਦੇ ਮਾਹੌਲ 'ਚ ਫਰਕ ਪਿਆ। ਇਸੇ ਹੀ ਕਰਕੇ ਅਸੀਂ ਕੋਸ਼ਿਸ਼ ਕੀਤੀ ਸੀਗੀ ਵੀ ਪੰਜਾਬ ਸਰਕਾਰ ਦੇ ਵੱਲੋਂ ਵੀ ਅਸੀਂ ਸਾਰੇ ਹੀ ਬੱਚਿਆਂ ਨੂੰ ਪੜ੍ਹਾਈ ਜਾ ਸਕੇ। ਸਰਕਾਰ ਨੇ, ਚੀਫ ਮਿਨਿਸਟਰ ਸਾਹਿਬ ਨੇ ਤਾਂ ਅਨਾਊਂਸ ਵੀ ਕਰਤਾ, ਅਸੀਂ ਕਿਤਾਬ ਲਾਤੀ ਆ। ਅੱਜ ਵੀ ਗੌਰਮੈਂਟ ਜਿਹੜੀ ਹੈਗੀ ਆ ਅਨਾਊਂਸ ਕਰਦੀ ਅਸੀਂ ਨੈਤਿਕਤਾ ਦਾ ਸਬਜੈਕਟ ਲਾ ਦਿੱਤਾ ਹੈਗਾ। ਉਹਨਾਂ ਦੇ ਤੁਸੀਂ ਰੈਜੂਲੇਸ਼ਨ ਦੇਖੋ, ਉਹਨਾਂ 'ਚ ਇਹੋ ਲਿਖਿਆ ਨੈਤਿਕਤਾ ਦਾ ਸਬਜੈਕਟ ਅਸੀਂ ਲਾਉਣਾ ਹੈਗਾ, ਅਸੀਂ ਲਾ ਦਿੱਤਾ ਹੈਗਾ, ਪਰ ਨਾਂ ਵਿੱਚ ਮੈਟਰ ਨਹੀਂ ਉਹਨਾਂ ਨੇ ਪਾ ਸਕੀ। ਉਹਦਾ ਕਾਰਨ ਕੀ ਹੈਗਾ ਮੈਨੂੰ ਆਪ ਨਹੀਂ ਖੁਦ ਸਮਝ ਲੱਗੇ ਸਕੀ ਵੀ ਉਹ ਕੀ ਕਾਰਨ ਹੋਇਆ ਜਿਹਨਾਂ ਕਰਕੇ ਨਹੀਂ ਪਿਆ, ਪਰ ਅਸੀਂ ਦਿਲ ਨਹੀਂ ਛੱਡਿਆ ਹੈ, ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ। ਅਸੀਂ ਸਪੋਰਟਸਮੈਨ ਹੈਗੇ ਆ, ਅਖੀਰਲੇ ਸਾਹ ਤੱਕ ਅਖੀਰਲੇ ਮਿੰਟ ਤੱਕ ਅਸੀਂ ਲੜਾਂਗੇ ਇਹਦੇ ਨਾਲ ਲੜਾਂਗੇ। ਮਤਲਬ ਇਹ ਨਹੀਂ ਅਸੀਂ ਕੋਈ ਲੋਕਾਂ ਦਾ ਭਲਾਈ ਕਰਨਾ ਚਾਹੁੰਦੇ, ਲੜਾਈ ਅਸੀਂ ਜਿੱਤ ਕਰਕੇ ਅਸੀਂ ਉਹ ਚੋਂ ਕੋਈ ਫਾਇਦਾ ਆਪਣਾ ਪਰਸਨ ਲੈਦਾ, ਮੈਂ ਆਪਣਾ ਪਰਸਨ ਫਾਇਦਾ ਨਹੀਂ ਲੈ ਰਿਹਾ ਜੀ। ਕੋਈ ਲੜਾ ਗਿਆ ਹੁੰਦਾ ਨਾ, ਕੋਈ ਬੰਦੇ ਨੇ ਆਪਦੇ ਲਈ ਲੈਣਾ ਹੁੰਦਾ ਹੈਗਾ, ਇੱਕ ਮਨੁੱਖਤਾ ਦੇ ਭਰੇ ਲਈ ਅਸੀਂ ਇਹ ਕਰਾਂਗੇ ਜੀ, ਪੰਜਾਬੀਆਂ ਦੇ ਭਰੇ ਲਈ ਕਰਾਂਗੇ। ਵਿਚਾਰਧਾਰਕ ਤੁਹਾਡੀ ਜਿਹੜੀ ਇਹ ਲੜਾਈ ਹੈ ਇਹ ਕੋਈ ਇਹਦੇ ਚ ਇੱਦਾਂ ਦਾ ਨਹੀਂ ਕਿ ਤੁਹਾਡਾ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਕਿਸੇ ਮਿਸ਼ਨ ਨੂੰ ਲੈ ਕੇ ਚੱਲੇ ਹੋ ਤੇ ਉਹ ਪੂਰਾ ਕਰਨਾ ਚਾਹੁੰਦੇ ਹੋ, ਉਹ ਮਿਸ਼ਨ ਜਿਹੜਾ ਤਾਂ ਹੀ ਹੁੰਦਾ ਜੇ ਸਾਡੇ ਜਜ਼ਬਾ ਹੋਵੇ ਤੇ ਅਸੀਂ ਸਾਰੇ ਜਿਹੜੇ ਵੀ ਸਾਡੇ ਦਰਸ਼ਕ ਇਹਨੂੰ ਵੇਖਣਗੇ ਉਹਨਾਂ ਵੱਲੋਂ ਵੀ ਸਾਰਿਆਂ ਵੱਲੋਂ ਸ਼ੁਭੇਚਾਵਾਂ ਤੁਹਾਨੂੰ ਕਿ ਆਉਣ ਵਾਲੀ ਕਾਨਫਰੰਸ